ਬਾਬਾ ਜੀ ਉਹ ਸਿਆਣਿਆਂ ਦੇ ਨਾਲ ਕਿ ਕਦੇ ਦਾਦੇ ਦੀਆਂ ਤੇ ਕਦੇ ਪੋਤਰੇ ਦੀਆਂ ਦਾਦੇ ਦੀਆਂ ਤੇ ਪੋਤਰੇ ਦੀਆਂ ਕਿ ਦਾਦੇ ਦੇ ਵੈਰ ਪੋਤਰੇ ਵੀ ਲੈ ਜਾਂਦੇ ਨੇ ਜੱਟ ਸੀ ਨਾ ਕੋਈ ਜੀ ਬੜਾ ਸੌਖਾ ਰਾਜ ਦਾ ਜੱਟ ਸੀ ਤੇ ਉਹਦਾ ਵਿਆਹ ਹੋ ਗਿਆ ਵਿਆਹ ਉਹਨੇ ਕਰਾਇਆ ਉਹਨੂੰ ਹੋਇਆ ਇੱਕ ਪੁੱਤਰ ਤੇ ਜਿਨਾਂ ਨਹੀਂ ਮਰ ਗਈ ਉਹਦੀ ਜਿਨਾਨੀ ਜਦੋਂ ਮਰ ਗਈ ਨਾ ਤੇ ਪੁੱਤਰ ਨਿੱਕਾ ਹੀ ਸੀ ਬ੍ਰਦਰੀ ਨੇ ਸਾਰਿਆਂ ਨੇ ਆਖਿਆ ਵੀ ਤੇਰੇ ਕੋ ਭੋਏ ਪਾਂਡਾ ਵੀ ਆਇਆ ਤਗੜਾ ਐ ਤੂੰ ਸੌਖਾਂ ਚ ਤੂੰ ਵਿਆਹ ਕਰ ਲੈ ਹੋਰ ਇੱਕ ਨਾਲ ਤੇਰਾ ਪੁੱਤਰ ਸਮਝਿਆਗਾ ਤੇ ਨਾਲੇ ਤੇਰਾ ਘਰ ਬੂਆ ਵੱਜ ਜਾਗਾ ਉਹਨੇ ਜੀ ਵਿਆਹ ਕਰ ਲਿਆ ਇਥੇ ਗੱਲ ਦੇ ਵਿੱਚ ਇਹ ਵੀ ਸਬਕ ਹੈ ਕਿ ਮਾਂ ਜਿਹੜੀ ਅਸਲ ਹੁੰਦੀ ਉਹ ਮਾਂ ਹੀ ਹੁੰਦੀ ਆ ਮਤਰਿਆਂ ਜਿਹੜੀਆਂ ਮਾਵਾਂ ਨੇ ਉਹ ਮਾਵਾਂ ਜਿਨ੍ਹਾਂ ਢੱਡੋ ਜੰਮਿਆ ਹੋਵੇ ਉਹਨੇ ਵਿਆਹ ਕਰ ਲਿਆ ਉਹ ਜਿਹੜੀ ਉਤੋਂ ਲਿਆਂਦੀ ਉਹਨੇ ਉਹਨੇ ਉਹਦੇ ਅਗਲੇ ਪੁੱਤਰ ਨੂੰ ਕੋਈ ਨਾ ਸਾਂਭਿਆ ਆਪ ਉਹਨੇ ਜੰਮੇ ਚਾਰ ਜਾਂ ਪੰਜ ਚਾਰ ਪੰਜ ਜਦੋਂ ਜਮਲਾ ਟਾਈਮ ਗੁਜ਼ਰਦਾ ਗਿਆ ਗੁਜ਼ਰਦਾ ਗਿਆ ਵੱਡੇ ਹੋਏ ਉਹਨੇ ਪੈਲੀ ਵੰਡ ਲਈ ਜਿਹੜੀ ਸੀ ਚੌਹ ਨੂੰ ਉਹਨਾਂ ਨੇ ਲੈ ਲਈ ਉਹਨਾਂ ਦਾ ਕੱਟ ਸੀ ਉਹ ਤਗੜੇ ਸੀ ਜਿਹੜੀ ਚੰਗੀ ਪੈਲੀ ਸੀ ਉਹਨਾਂ ਲੈ ਲਈ ਜਿਹੜੀ ਮਾੜੀ ਸੀ ਟਿੱਬਿਆਂ ਟੂਬਿਆਂ ਵਾਲੀ ਸਰਾਂਸੁਰਾਂ ਵਾਲੀ ਉਹ ਜਿਹੜਾ ਕੱਲਾ ਸੀ ਪਹਿਲੀ ਮਾਂ ਚ ਉਹਨੂੰ ਦੇ ਦਿੱਤੀ ਵਾਈ ਬੁਈ ਲਗਪੜ ਕਰਨ ਤੇ ਉਹਦੀ ਫਸਲ ਕੋਈ ਨਾ ਏਡੀ ਹੋਣੀ ਉਹਦੇ ਜਿਹੜੇ ਜਗੂ ਮੋਟ ਸੱਟ ਕੇ ਆਉਣੀ ਦਾਣਿਆਂ ਦੀ ਬੀਜ ਦੀ ਤੇ ਦੋਵਿਆਂ ਜਿਹੜੇ ਪ੍ਰਾਚਾਰ ਸਨ ਉਹਨਾਂ ਡੰਗਰ ਛੱਡਣੇ ਉਹਦੀ ਫਸਲ ਤਬਾਹ ਕਰ ਦੇਣੀ ਉਹ ਐਵੇਂ ਹੁੰਦਾ ਰਿਹਾ ਹੁੰਦਾ ਰਿਹਾ ਤੇ ਇੱਕ ਦਿਨ ਐਵੇਂ ਕਿਤੇ ਉਹਨੇ ਵੇਖਿਆ ਤੇ ਕਣਕ ਉਹਦੀ ਖੜੀ ਸੀ ਵਾਵਾ ਟਿੱਬੀ ਵਾਵਾ ਤੇ ਮੱਝਾਂ ਪਈਆਂ ਉਹਨਾਂ ਦੀਆਂ ਉਹਨਾਂ ਮਰੁੰਡ ਦੀ ਉੱਤੋਂ ਉਹ ਬੰਦੇ ਦੇ ਮੂੰਹੋਂ ਨਿਕਲ ਗਿਆ ਉਹਨੇ ਕਿ ਮੱਝ ਨੂੰ ਉਹਨੇ ਆਖਿਆ ਉਹਨੇ ਕਿ ਜਾ ਤੇਰਾ ਸ਼ੀ ਮਣਕਾ ਬੰਨੇ ਮਤਲਬ ਤੈਨੂੰ ਸ਼ੀ ਮਾਰੇ ਜਾਂਦੇ ਨੂੰ ਮੱਝ ਮਰ ਗਈ ਜਾਂਦੇ ਨੂੰ ਦੀ ਮੱਝ ਮਰ ਗਈ ਜਦੋਂ ਮੱਝ ਮਰ ਗਈ ਉਹਨੇ ਆਖਿਆ ਭਾਈ ਇਹਨੇ ਸਾਡੀ ਮੱਝ ਨੂੰ ਦਿੱਤੀ ਬਦਦਵਾ ਮਰੀ ਇਹ ਇਹਦੀ ਮਰੀ ਇਹ ਸਾਡੀ ਤਾਂ ਖਰੀ ਹੈ ਅਸੀਂ ਤਾਂ ਲੈ ਲੈਣੀਏ ਉਹਦੇ ਕੋਲ ਮੱਝ ਉਹਨੇ ਰੋਲਾ ਰੁਲਾ ਪਾਇਆ ਤਗੜੇ ਸਣਾ ਉਹਨੇ ਉਹਦੇ ਕੋਲੋਂ ਮੱਝ ਲੈ ਲਈ ਮਾਝ ਦੇ ਵੱਟੇ ਮਾਝ ਲੈ ਆਲੀ ਮਾਝ ਉਹਨੇ ਅਗਲੀ ਮਾਰ ਗਈ ਉਹ ਵਾੜੇ ਵਿੱਚ ਆਏ ਚੰਗੀ ਚੂਣ ਕੇ ਮੱਝ ਜਿਹੜੀ ਸੀ ਉਹ ਲੈ ਕੇ ਚਲੇਗਾ ਮਾਝ ਉਹਨੇ ਦਿੱਤੀ ਖੈਰ ਉਹਨਾਂ ਦੇ ਵਿਆਹ ਹੋਇਆ ਉਹਦੇ ਵਿੱਚੋਂ ਹੋਇਆ ਕਿ ਪੁੱਤਰ ਹੋਇਆ ਸਤਮਾ ਆ ਉਹ ਮਤਲਬ ਕੁਝ ਕਰਨ ਕਰਾਉਣ ਜੋਗਾ ਕੋਈ ਨਾ ਸਤਾਂ ਮਹੀਨਿਆਂ ਦਾ ਕਮਜ਼ੋਰ ਸਬ ਨਰਮ ਬੱਚੇ ਜਿਹੜੇ ਹੁੰਦੇ ਨੇ ਤੇ ਟਾਈਮ ਗੁਜ਼ਰਦਾ ਗਿਆ ਵੱਡੇ ਭਰਾ ਜਿਹੜੇ ਮਤਰੇ ਸੀ ਮੰਨ ਲਓ ਆਪ ਦਾ ਜ਼ੋਰ ਵਿਖਾਉਂਦੇਗਾ ਉਹ ਬੰਦਾ ਬੁਰੜਾ ਹੁੰਦਾ ਗਿਆ ਅੱਗੋ ਸਤਮਾਹਾਂ ਜਿਹੜਾ ਸੀ ਉਹ ਜਵਾਨ ਹੋਇਆ ਉਹਦਾ ਵਿਆਹ ਕੀਤਾ ਉਹਦੇ ਵਿੱਚ ਹੋਇਆ ਕਿ ਪੁੱਤਰ ਉਹ ਬੜਾ ਠੀਕ ਠਾਕ ਤਗੜਾ ਹੋਇਆ ਮਾਸ਼ੱਲਾ ਆ ਡੱਬਰਾਂ ਦਾ ਖੁੱਲਾ ਕੁਝ ਸਮਾਂ ਐਵੇਂ ਲੰਘਦਾ ਗਿਆ ਤੇ ਜਵਾਨ ਹੋਇਆ ਜਦੋਂ ਜਵਾਨ ਹੋਇਆ ਸਤਮਾਹਾਂ ਦਾ ਪੁੱਤਰ ਉਹ ਬੰਦੇ ਦਾ ਪੋਤਰਾ ਤੇ ਉਹਨੇ ਆਪਣੇ ਦਾਦੇ ਨੂੰ ਇੱਕਦੇ ਪੁੱਛਿਆ ਉਹਨੇ ਕਿਹਾ ਵੀ ਇਹ ਸਾਹਮਣੇ ਜਿਹੜੇ ਡੇਰੇ ਸ਼ੇਰੇ ਨੇ ਇਹ ਕੌਣ ਨੇ ਉਹਨੂੰ ਦੱਸਿਆ ਕਿ ਆ ਆਪਣੇ ਮਤਲਬ ਕਿ ਮੇਰੇ ਭਰਾ ਹੀ ਨੇ ਤੇਰੇ ਦਾਦਕੇ ਨੇ ਤੂੰ ਨਾ ਕਿੰਨੇ ਦੇ ਵਾਵਾ ਨੇ ਘਰ ਬੂਹਾ ਵਾਵਾ ਤੇ ਆਪਾਂ ਤਾਂ ਕੁਲੀਆਂ 'ਚ ਬੈਠੇ ਆਂ ਇਹ ਹੋਰ ਨੇ ਦੱਸਿਆ ਇੰਜ ਕਰਕੇ ਵੀ ਆਪਣੇ ਲਾ ਤੇ ਉਹਨੇ ਨਾ ਜੀ ਉਹਨੇ ਆਖਿਆ ਵੀ ਹੁਣ ਆਪਾਂ ਆਪਦਾ ਡੇਰਾ ਬਣਾਉਣਾ ਆਪਦੇ ਡੇਰੇ ਤੇ ਆਪਾਂ ਬਹਿਣਾ ਉਹ ਜਿਹੜਾ ਬਾਬਾ ਸੀ ਜਿੰਦੇ ਕੋਲ ਉਹਨਾਂ ਮੱਝ ਲਈ ਸੀ ਮੱਝ ਮਰੀ ਦੇ ਬਦਲੇ ਉਹਦੇ ਦਿਮਾਗ 'ਚ ਗੱਲ ਖੁੜਕਦੀ ਸੀ ਵੀ ਮੇਰੀ ਇਹਨਾਂ ਮੱਝ ਨਾ ਹੱਕ ਖਾਦੀ ਏ ਮੈਂ ਇਹਨਾਂ ਕੋਲ ਮੱਝ ਲੈਣੀ ਆ ਆਪਦੀ ਵਾਪਸ ਤੇ ਜਦੋਂ ਮੈਂ ਪੁੱਜ ਪਿਆ ਮੱਲਾ ਲਾਂ ਦਾ ਪੁੱਜਿਆ ਤੀਜੀ ਪੀੜੀ ਤੇ ਜਾ ਕੇ ਅੱਗੋਂ ਜਦੋਂ ਪੋਤਰਾ ਹੋਇਆ ਉਨੇ ਨਾ ਉਹਨੇ ਅਖਿਆ ਜੀ ਪੋਤਰਾ ਮੇਰਾ ਹੋਇਆ ਨੇ ਘਰ ਬੂਆ ਵੀ ਆਪਦਾ ਡੇਰਾ ਸ਼ਰਾ ਵੀ ਆਪਦਾ ਬਣਾ ਲਿਆ ਆਪਦੇ ਬੂਏ ਅੱਗੇ ਬਹਿਣ ਲੱਗ ਪਿਆ ਦਿਮਾਗ ਵਾਲਾ ਵੀ ਹੈ ਇਹਨਾਂ ਨਾਲ ਗੱਲ ਕਰਨਾ ਵੀ ਭਾਈ ਜਿਹੜੀ ਮੱਝ ਨਹੀਂ ਉਹ ਮੈਨੂੰ ਇਹਨਾਂ ਕੋਲ ਲੈ ਕੇ ਦੇ ਨਾ ਮੱਝ ਮੇਰੀ ਨਾਖ ਖਾਦੀ ਹੋਈ ਹੈ ਚਾਚਿਆਂ ਤੇਰਾ ਦਾਦਕਿਆਂ ਤੇਰੇ ਨੇ ਉਹਨੇ ਆਪਦੇ ਪੋਤਰੇ ਨਾਲ ਗੱਲ ਕੀਤੀ ਉਹਨੂੰ ਦੱਸਿਆ ਉਹਨੇ ਕਿ ਵੀ ਇੰਜੰਜ ਕਰਕੇ ਮੱਝ ਸੀ ਇਹਨਾਂ ਦੀ ਵੱੜਦੀ ਸੀ ਆਪਣੀ ਫਸਲ ਨੂੰ ਡੰਗਰ ਵੱਢਦੇ ਸੀ ਤੇ ਮੱਝ ਇੱਕ ਦਿਨ ਵੱਡੀ ਤੇ ਮੈਂ ਅਖਿਆ ਵੀ ਜਾ ਸ਼ੀ ਤੇਰਾ ਮਣਕਾ ਪੰਨੇ ਉਹਨੇ ਕਿਹਾ ਮੱਝ ਇਹਨਾਂ ਦੀ ਮਰ ਗਈ ਤੇ ਇਹਨਾਂ ਉਹਦੇ ਬਦਲੇ ਮੇਰ ਕੋ ਮੱਝ ਲੱਲੀ ਤੇ ਉਹਨਾਂ ਕਾ ਠੀਕ ਏ ਆਪਾਂ ਉਹਨਾਂ ਨੂੰ ਸੱਦ ਲੈਨੇ ਆ ਤੇ ਉਹਨਾਂ ਨਾਲ ਗੱਲ ਕਰ ਰਹੇ ਨੇ ਵੀ ਭਾਈ ਮੱਝ ਦਿਓ ਸਾਡੀ ਉਹਨੇ ਸੁਨਿਆ ਕ ਲਿਆ ਤੇ ਸੁਨਿਆ ਕਾ ਲ ਕਿ ਉਹਨੇ ਦਾਦਕੇ ਸ਼ਾਦ ਕੇ ਜਿਹੜੇ ਆਇਆ ਸੀ ਆਪਦੇ ਉਹਨਾਂ ਨੂੰ ਸੱਦ ਲਿਓ ਪਹਿਲਾਂ ਤਾਂ ਆਉਣ ਨਾਲ ਵਿੱਚੋਂ ਕੋ ਸਿਆਣਾ ਬੰਦਾ ਸੀ ਉਹਨੇ ਆਖਿਆ ਵੀ ਚਲੋ ਜੋ ਛੋਰ ਨਵਾ ਉੱਠਿਆ ਕੋਈ ਨੁਕਸਾਨ ਕਰੇਗਾ ਆਪਣਾ ਤੇ ਉਹ ਆਗਾ ਖੈਰ ਤੇ ਡੇਰੇ ਚ ਆਗਾ ਬਹਿਗਾ ਗੱਲ ਗੁਲ ਕਰਨ ਲੱਗ ਪਾ ਦੱਸਿਆ ਉਹਨੇ ਕਿ ਵੀ ਜਿਹੜੀ ਮੱਝ ਤੁਸੀਂ ਸਾਡੀ ਖਾਧੀ ਹੈ ਨਾ ਦਾਦੇ ਮੇਰੇ ਦੀ ਉਹ ਮੱਝ ਦੇ ਦਿਓ ਉਹ ਨਾ ਕਿਹਾ ਜੀ ਅਸੀਂ ਨਹੀਂ ਦੇਣੀ ਦਾਦੇ ਤੇਰੇ ਨੇ ਵਾਦਵਾ ਦਿੱਤੀ ਸੀ ਮਾਂ ਸਾਡੀ ਨੂੰ ਮਾਂ ਸਾਡੀ ਗਈ ਮਾਰ ਅਸੀਂ ਉਹਦੇ ਬਦਲੇ ਆਪਦੀ ਮੱਝ ਲਾ ਗਏ ਉਹਨਾਂ ਨੇ ਕਿਹਾ ਇੰਜ ਨਹੀਂ ਦਾਦੇ ਮੇਰੇ ਨੇ ਕੀ ਆਖਿਆ ਸੁਣ ਆਖਿਆ ਉਹਨੇ ਆਖਿਆ ਜੀ ਜਾ ਤੇਰਾ ਸ਼ੀ ਮਣਕਾ ਪੰਨੇ ਸ਼ੀ ਮਤਲਬ ਸ਼ੇਰ ਤੇਰਾ ਮਣਕਾ ਪੰਨੇ ਦਾ ਤੁਹਾਡੇ ਵਿੱਚੋਂ ਕਿਸੇ ਬੰਦੇ ਨੇ ਵੇਖਿਆ ਸ਼ੀ ਮਣਕਾ ਪੰਦਾ ਉਹਨਾਂ ਨੇ ਕਿਹਾ ਅਸੀਂ ਨਹੀਂ ਵੇਖਿਆ ਉਹਨੇ ਕਿਹਾ ਮੱਝ ਤਾਂ ਮਰੀ ਆਪਦੀ ਆਈ ਨਾਲ ਠੀਕ ਹੈ ਇਹਨਾਂ ਦਾ ਆਖਿਆ ਦੀ ਵੀ ਤੇਰਾ ਮਣਕਾ ਭਜੇ ਮਾਇਦੇ ਮਣਕਾ ਨਹੀਂ ਪਣੀ ਜਾ ਤੁਸੀਂ ਕਿਹੜੀ ਗੱਲ ਚ ਮੱਝ ਲਾ ਗਏ ਮੱਝ ਦਿਓ ਉਹਨੇ ਮੱਝ ਲੈ ਆਂਦੀ ਮੱਝ ਲਿਆ ਕੇ ਦਾਦੇ ਨੂੰ ਦਿੱਤੀ ਤੇ ਅਗਾ ਤੋਂ ਉਹਨੇ ਆਖਿਆ ਵੀ ਹੁਣ ਐਸ ਪਾਸੇ ਨਹੀਂ ਝਾਕਣਾ ਨਾ ਸਾਡੀ ਫਸਲ ਨਾਲ ਨਾ ਸਾਡੇ ਨਾਲ ਗੱਲ ਏ ਕਿ ਦੋ ਪੀੜੀਆਂ ਤਿੰਨ ਪੀੜੀਆਂ ਸਬਰ ਕਰਕੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਦਾਦੇ ਦਾ ਵੈਰ ਪੋਤਰਾ ਲੈ ਗਿਆ ਮੱਝ ਉਹਨੇ ਪਿਛਾ ਮੜਾ ਲਈ ਹਾਂਜੀ ਕਹਿੰਦੇ ਗੱਲ ਸੀ ਉਹਨਾਂ ਨੇ ਸਫੀਆ ਜਮਿਆ ਹਾਂ 7 7 8 ਪੁੱਤ ਹੋਏ ਉਹ ਦੇ 7 8 ਪੁੱਤ ਸਫੀਆ ਦੇ ਹਾਂ ਉਹ ਜਿਹੜਾ ਜਿਹੜਾ ਸਫੀਆ ਜਮਿਆ ਅੱਛਾ ਉਹ ਸਾਲਾਂ ਨੂੰ ਉਹਨੇ ਨਿਕਾਮ ਕਰਤਾ ਅੱਛਾ ਉਹ ਕਹਿੰਦਾ ਜਾਓ ਜਾ ਜਮਿਆ ਜਾ ਹਾਂ ਉਹ ਸਫੀਆ ਜਮਿਆ ਤਾਂ ਫੇਰ ਰੱਖਦਾ ਵੇ ਬੰਦੂਕ ਦੇ ਨਾਲ ਹੀ ਰੱਖਦਾ ਬੰਦੂਕ ਦੇ ਨਾਲ ਹੀ ਹਾਂ ਹਾਂ ਸਫੀਆ ਹਾਂ